ਕਿਸਾਨਾਂ ਵੱਲੋਂ 26 ਜਨਵਰੀ ਨੂੰ ਕੀਤੀ ਜਾ ਰਹੀ ਟਰੈਕਟਰ ਰੈਲੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਵਿੱਚ ਪਾਇਆ ਯੋਗਦਾਨ। ਉਹਨਾਂ ਨੇ ਕੀਤੀ ਮੋਟਰਸਾਈਕਲ ਰੈਲੀ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਦਿੱਲੀ ਚੱਲੋ। ਸਾਡੇ ਰਿਪੋਰਟਰ ਜਗਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ। ਅੱਜ ਅਸੀਂ ਇਹ ਬਾਈਕ ਰੈਲੀ ਦੇ ਥਰੂ ਅਸੀਂ ਦੱਸਣਾ ਚਾਹੁੰਦੇ ਹਾਂ ਸਾਰੇ ਗੁਰਦਾਸਪੁਰ ਦੀ ਸਾਰੇ ਪੰਜਾਬ ਦੇ ਵਾਸੀਆਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਮੋਦੀ ਸਰਕਾਰ ਨੇ ਕਾਲੇ ਕਾਨੂੰਨ 3 ਲੈ ਕੇ ਆਈ ਹੈ ਔਰ ਲੋਕਤੰਤਰ ਦਾ ਘਾਣ ਕਰ ਰਹੀ ਹੈ, ਉੱਥੇ ਇੰਨੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਅਤੇ ਹੋਰ ਤਬਕਿਆਂ ਦੇ ਲੋਕ ਬੈਠੇ ਆ, ਕੋਈ ਵੀ ਗੱਲ ਨਹੀਂ ਸੁਣੀ ਜਾ ਰਹੀ। 11 ਸਾਡੀ ਹੈਗੀ ਸੀਗੀ ਮੀਟਿੰਗ, ਲੇਕਿਨ ਜਿਹੜੀ ਸਰਕਾਰ ਆ ਉਹਨੇ ਕੋਈ ਵੀ ਸਾਰੀ ਗੱਲਾਂ ਅਣਛੁਣੀਆਂ ਕਰ ਦਿੱਤੀਆਂ ਔਰ ਹੁਣ ਉਹ ਕਹਿ ਰਹੀ ਹੈ ਕਿ ਜੇ ਤੁਹਾਡੇ ਕੋਈ ਸੁਝਾਅ ਹੈ ਤਾਂ ਲੈ ਕੇ ਆਓ। ਔਰ ਇਹ ਬੜੀ ਮੰਦਭਾਗੀ ਘਟਨਾ ਕਿ ਐਡਾ ਵੱਡਾ ਸੰਘਰਸ਼ ਹੋਵੇ ਔਰ ਸਰਕਾਰ ਜਿਹੜੀ ਹੈ ਬਿਲਕੁਲ ਹੀ ਟਸ ਤੋਂ ਮਸ ਨਾ ਹੋਵੇ, ਕਾਰਪੋਰੇਟ ਘਰਾਣਿਆਂ ਨੂੰ ਬਿਲਕੁਲ ਕਾਰਪੋਰੇਟ ਘਰਾਣਿਆਂ ਦੇ ਅਧੀਨ ਚੱਲਦੀ ਹੋਵੇ, ਇਸ ਲੋਕਤੰਤਰ ਦਾ ਘਾਣ ਕਰ ਰਹੀ ਹੈ। ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ, ਪਿੰਡ ਵਾਸੀਆਂ ਨੂੰ, ਗੁਰਦਾਸਪੁਰ ਜ਼ਿਲ੍ਹੇ ਨੂੰ ਇਸ ਬਾਈਕ ਰੈਲੀ ਦੇ ਥਰੂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਆਮ ਆਦਮੀ ਪਾਰਟੀ ਬਿਲਕੁਲ ਕਿਸਾਨ ਮਜ਼ਦੂਰ ਜਿਹੜਾ ਸਾਡਾ ਕਿਸਾਨ ਧਰਨਾ ਚੱਲ ਰਿਹਾ ਵਾ ਅਸੀਂ ਉਹਦੇ ਸਮਰਥਕ ਹਾਂ ਔਰ ਅਸੀਂ ਡਟ ਕੇ ਹਿਮਾਇਤ ਕਰਦੇ ਹਾਂ ਔਰ ਸਾਰੇ ਗੁਰਦਾਸਪੁਰ ਜ਼ਿਲ੍ਹੇ ਵਾਸੀਆਂ ਨੂੰ ਕਹਿੰਦੇ ਹਾਂ, ਇਹ ਬੇਨਤੀ ਕਰਦੇ ਹਾਂ ਕਿ ਤੁਸੀਂ 26 ਜਨਵਰੀ ਦੀ ਜਿਹੜੀ ਟਰੈਕਟਰ ਮਾਰਚ ਆ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਓ ਤਾਂ ਕਿ ਇਸ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਅੱਜ ਆਮ ਆਦਮੀ ਪਾਰਟੀ ਹਲਕਾ ਗੁਰਦਾਸਪੁਰ ਅਤੇ ਸਮੂਹ ਜ਼ਿਲ੍ਹਾ ਵਾਸੀ ਜਿਹੜੇ ਹਨ ਵੱਖ ਵੱਖ ਹਲਕਿਆਂ ਤੋਂ ਅੱਜ ਕਿਸਾਨਾਂ ਦੇ ਹੱਕ ਵਿੱਚ ਜੋ 26 ਮਾਰਚ ਨੂੰ ਕਿਸਾਨ ਜਿਹੜੀ ਰੈਲੀ ਹੈ ਉਹ ਦਿੱਲੀ ਵਿੱਚ ਕੱਢੀ ਜਾ ਰਹੀ ਹੈ, ਉਹਨਾਂ ਦੀ ਸਪੋਰਟ ਵਿੱਚ ਅੱਜ ਮੋਟਰਸਾਈਕਲ ਰੈਲੀ ਜਿਹੜੀ ਹੈ ਉਹ ਕੱਢਣ ਜਾ ਰਹੇ ਹਾਂ। ਅਤੇ ਇਹ ਆਮ ਜਨਤਾ ਨੂੰ, ਆਮ ਲੋਕਾਂ ਨੂੰ ਅਸੀਂ ਆਮ ਆਦਮੀ ਪਾਰਟੀ ਵੱਲੋਂ ਸੁਨੇਹਾ ਦੇਣਾ ਚਾਹੁੰਦੇ ਹਾਂ ਅਤੇ ਸਾਰਿਆਂ ਅੱਗੇ ਰਿਕੁਐਸਟ ਵੀ ਕਰਦੇ ਹਾਂ ਕਿ ਇਹ ਜੋ ਲੰਮਾ ਮੋਰਚਾ ਜਿਹੜਾ ਕਿਸਾਨੀ ਸੰਘਰਸ਼ ਉਹ ਮਜ਼ਦੂਰਾਂ ਨੇ ਲਾਇਆ ਹੋਇਆ ਸਿੰਘੂ ਬਾਰਡਰ ਅਤੇ ਦਿੱਲੀ ਦੇ ਚਾਰ ਚੁਫੇਰੇ, ਇਹ ਸਮੇਂ ਦੀ ਸਰਕਾਰ ਜਿਹੜੀ ਆ ਮੋਦੀ ਦੀ, ਇਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਤੇ ਚੜ੍ਹ ਕੇ ਅੱਜ ਹਿੰਦੁਸਤਾਨ ਦੇ ਲੋਕਾਂ ਨੂੰ, ਜਿਹੜੇ ਮਜ਼ਦੂਰ ਅਤੇ ਕਿਸਾਨ ਜਿਨ੍ਹਾਂ ਨੇ ਦੇਸ਼ ਦੇ ਅੰਨਦਾਤਾ ਵਜੋਂ ਅੱਜ ਤੱਕ ਆਪਣਾ ਨਾਮ ਕਮਾਇਆ ਉਹਨਾਂ ਨੂੰ ਭੁਖਾਰੀ ਬਣਾਉਣ ਵਾਸਤੇ ਜਾ ਰਹੀ ਆ। ਅੱਜ ਅਸੀਂ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਜਿੰਨੇ ਕਿਸਾਨ ਅਤੇ ਮਜ਼ਦੂਰ ਨੇ ਕਿ 26 ਤਰੀਕ ਨੂੰ ਜਿਹੜੀ ਕਿਸਾਨ ਰੈਲੀ ਕਿਸਾਨਾਂ ਵੱਲੋਂ ਦਿੱਲੀ 'ਚ ਕੱਢੀ ਜਾ ਰਹੀ ਆ, ਅੱਜ ਸਾਰਿਆਂ ਦਾ ਅਸੀਂ ਸਾਰੇ ਹੀ ਉਹਨਾਂ ਦਾ ਵੱਧ ਤੋਂ ਵੱਧ ਸਮਰਥਨ ਕਰੀਏ ਤਾਂ ਕਿ ਜਿਹੜੀ ਇਹ ਕਾਲੀ ਪੌੜੀ ਜਿਹੜੀ ਅੰਨੀ ਹੈਗੀ ਸਰਕਾਰ ਦਿੱਲੀ ਦੀ, ਉਹਨਾਂ ਨੂੰ ਉਹਨਾਂ ਦੇ ਕੰਨਾਂ 'ਤੇ ਜ਼ਰੂਰ ਜਿਹੜੀ ਉਹ ਸਰਕਦੀ ਨਜ਼ਰ ਆਵੇ ਤਾਂ ਕਿ ਇਹ ਕਾਲੇ ਕਾਨੂੰਨ ਵਾਪਸ ਲੈਣ ਅਤੇ ਲੋਕ ਜਿਹੜੇ ਆਪਣੇ ਘਰਾਂ ਨੂੰ ਜਾ ਕੇ ਸੁੱਖੀ ਸਾਂਦੀ ਵਸਣ ਅਤੇ ਇਹ ਜਿਹੜਾ ਸੰਘਰਸ਼ ਆ ਉਹਨੂੰ ਖਤਮ ਕਰਕੇ ਆਪਣੇ ਘਰਾਂ ਦੇ ਵਿੱਚ ਜਿਹੜੀ ਆਪਣੀ ਖੇਤੀਬਾੜੀ ਅਤੇ ਮਜ਼ਦੂਰੀ ਜਾਂ ਹੋਰ ਜਿਹੜੇ ਆਪਣੇ ਕਿੱਤੇ ਆ ਉਹਨਾਂ ਨੂੰ ਸੰਭਾਲਣ। ਹੁਣ ਤੱਕ ਮੇਰਾ ਖਿਆਲ 150 ਦੇ ਲਗਭਗ ਜਾਨਾਂ ਚਲੀ ਗਈਆਂ ਅਤੇ ਕਿਸਾਨਾਂ ਦੇ ਇਸ ਸੰਘਰਸ਼ ਨੂੰ ਖਤਮ ਕਰਨ ਵਾਸਤੇ, ਇਹਨਾਂ ਨੂੰ ਤਾਰ ਪਿੰਡੋ ਕਰਨ ਵਾਸਤੇ ਹੋਰ ਕਈ ਤਰ੍ਹਾਂ ਦੇ ਹੱਥ ਕੰਡੇ ਸਰਕਾਰ ਵਰਤ ਰਹੀ ਆ ਬਜਾਏ ਇਸ ਦੇ ਕਿ ਉਹਨਾਂ ਦੇ ਸੰਘਰਸ਼ ਨੂੰ ਉਹਨਾਂ ਦੀ ਮੰਗਾਂ ਮੰਨ। ਸੋ ਅਸੀਂ ਅੱਜ ਦੇ ਇਸ ਮੋਟਰਸਾਈਕਲ ਰੈਲੀ ਰਾਹੀਂ ਆਮ ਆਦਮੀ ਪਾਰਟੀ ਗੁਰਦਾਸਪੁਰ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸਾਰੇ ਹੀ ਆਪਾਂ ਵੱਧ ਚੜ੍ਹ ਕੇ ਕਿਸਾਨਾਂ ਦਾ ਸਾਥ ਦੇਈਏ ਤਾਂ ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਸਰਕਾਰ ਮੰਨੇ ਅਤੇ ਇਹ ਸੰਘਰਸ਼ ਜਿਹੜਾ ਉਹ ਖਤਮ ਕੀਤਾ ਜਾ ਸਕੇ। ਇੰਨੀਆਂ ਹੀ ਗੱਲਾਂ ਦੇ ਨਾਲ, ਇੰਨੇ ਹੀ ਸ਼ਬਦਾਂ ਦੇ ਨਾਲ ਮੈਂ ਕਿਰਮਨ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੂਬੇਦਾਰ ਕੁਲਵੰਤ ਸਿੰਘ, ਜ਼ਿਲ੍ਹਾ ਜਨਰਲ ਸੈਕਟਰੀ ਗੁਰਦਾਸਪੁਰ। ਅੱਜ ਮੋਟਰਸਾਈਕਲ ਰੈਲੀ ਪਾਰਟੀ ਦੇ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਪੂਰੇ 22 ਜ਼ਿਲ੍ਹਿਆਂ ਦੇ ਵਿੱਚ
ਅੱਜ ਆਮ ਆਦਮੀ ਪਾਰਟੀ ਜਿਹੜੀ ਆ ਮੋਟਰਸਾਈਕਲ ਰੈਲੀ ਕੱਢਣ ਜਾ ਰਹੀ ਆ। ਇਹ ਰੈਲੀ ਤੋਂ ਆਪਾਂ ਆਮ ਲੋਕਾਂ ਨੂੰ ਸਾਰੇ ਜਿੰਨੇ ਗੁਰਦਾਸਪੁਰ ਦੇ ਲੋਕ ਨੇ, ਭਾਵੇਂ ਉਹ ਕਿਸੇ ਵੀ ਖੇਤੀਬਾੜੀ ਨਾਲ ਸੰਬੰਧਿਤ ਆ, ਭਾਵੇਂ ਉਹ ਵਪਾਰੀ ਨੇ, ਭਾਵੇਂ ਮਜ਼ਦੂਰ ਨੇ, ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਇਹ ਰੈਲੀ ਤੋਂ, ਵੀ ਸਾਰੇ ਲੋਕ ਇਕੱਠੇ ਹੋ ਕੇ 26 ਤਰੀਕ ਨੂੰ ਜਿਹੜਾ ਦਿੱਲੀ ਦੇ ਵਿੱਚ ਅੰਦੋਲਨ ਚੱਲ ਰਿਹਾ ਉਹਦਾ ਸਮਰਥਨ ਕਰਨਾ। ਔਰ ਇਹ ਇੱਕ ਬੇਨਤੀ ਕਰ ਰਹੇ ਹਾਂ ਸਾਰੇ ਲੋਕਾਂ ਦੇ ਅੱਗੇ ਵੀ ਵੱਧ ਤੋਂ ਵੱਧ ਆਪਣੇ ਟਰੈਕਟਰ ਟਰਾਲੀਆਂ ਜਿਹੜੇ ਵੀ ਸਾਧਨ ਤੁਹਾਨੂੰ ਮਿਲਦੇ ਨੇ ਉਹ ਸਮਰਥਨ ਦੇ ਵਿੱਚ ਅੰਦੋਲਨ ਦੇ ਵਿੱਚ ਹਿੱਸਾ ਬਣੀਏ, ਕਿਉਂਕਿ ਅੱਜ ਮੋਦੀ ਪਤਾ ਨਹੀਂ ਅੰਤ ਵੇਖ ਰਿਹਾ ਦੁਨੀਆ ਦਾ। ਜਿਹੜੀ ਹਿੰਦੁਸਤਾਨ ਦੇ ਲੋਕਾਂ ਨੇ ਉਹਨੂੰ ਦੋ ਵਾਰੀ ਪ੍ਰਾਈਮ ਮਿਨਿਸਟਰ ਬਣਾਇਆ ਔਰ ਅੱਜ ਉਹਦੇ ਦਿਮਾਗ 'ਚ ਪਤਾ ਨਹੀਂ ਕਿਹਦਾ ਫਤੂਲ ਵੜਿਆ ਪਿਆ ਵੀ ਅੰਤ ਹੋ ਗਿਆ। ਅੱਜ ਇਤਿਹਾਸ ਗਵਾਹ ਆ ਇਸ ਚੀਜ਼ ਦਾ ਵੀ ਜਿਹੜਾ ਲੰਮਾ ਅੰਦੋਲਨ ਇੰਨਾ ਚੱਲਿਆ ਦਿੱਲੀ ਦੇ ਵਿੱਚ, ਮੈਂ ਕਹਿੰਦਾ ਵੀ ਪੂਰੇ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਇਹ ਪਹਿਲਾ ਅੰਦੋਲਨ ਹੋਏਗਾ ਜਿਹੜਾ ਐਡੇ ਲੰਬੇ ਸਮੇਂ ਤੋਂ ਚੱਲਿਆ। ਇਹ ਕਰਕੇ ਅਸੀਂ ਤਾਂ ਪਰਮਾਤਮਾ ਦੇ ਅੱਗੇ ਇਹੋ ਅਰਦਾਸ ਕਰਨੇ ਹਾਂ ਵੀ ਪਰਮਾਤਮਾ ਉਹਦੀ ਬੁੱਧੀ ਠੀਕ ਕਰ ਅਤੇ ਇਹ ਜਿਹੜੇ 3 ਆਰਡੀਨੈਂਸ ਜਾਰੀ ਕਾਲੇ ਕਾਨੂੰਨ ਕੀਤੇ ਨੇ ਇਹਨਾਂ ਨੂੰ ਵਾਪਸ ਲਵੇ, ਲੋਕ ਆਪੋ ਆਪਣੇ ਘਰਾਂ ਦੇ ਵਿੱਚ ਸੁਖੀ ਵਸਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।